ਬਚਪਨ ਵਿੱਚ ਆਪਣਿਆਂ ਦਾ ਦਿੱਤਾ ਅਣਚਾਹੀ ਹੋਣ ਦਾ ਦਰਦ ਅਤੇ ਵਿਤਕਰਿਆਂ ਭਰਿਆ ਵਤੀਰਾ ਉਸ ਲਈ ਨਸੂਰ ਬਣ ਗਿਆ। ਕੁੜੀਆਂ ਪ੍ਰਤੀ ਵਿਤਕਰੇ ਵਾਲੀ ਸੋਚ ਉਸਦੇ ਮੱਥੇ ਦੀ ਪਹਿਲੀ ਤਿਉੜੀ ਬਣੀ। ਫਿਰ ਜ਼ਿੰਦਗੀ ਦਾ ਹਰ ਅਨਿਆਂ ਤਿਉੜੀਆਂ ਬਣ ਉਸਦੇ ਚਿਹਰੇ 'ਤੇ ਉੱਭਰਦਾ ਰਿਹਾ ਅਤੇ ਇਹਨਾਂ ਤਿਉੜੀਆਂ ਵਿੱਚੋਂ ਉਪਜਦੀਆਂ ਰਹੀਆਂ ਕਵਿਤਾਵਾਂ। ਪਾਲ ਕੌਰ ਦੇ ਜੰਮਣ ਤੇ ਪਿਤਾ ਮਹੀਨਾ ਭਰ ਮਾਂ ਨਾਲ ਨਾ ਬੋਲੀ। ਸੋ ਕੋਸ਼ਿਸ਼ ਵੀ ਕੀਤੀ ਗਈ ਕਿ ਨਾ ਹੋਵਾਂ, ਪਰ ਮੈਂ ਜ਼ਿੱਦੀ ਸੀ। ਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ, ਮੈਂ ਪਿੱਠ ਪਛਾਣ ਲਈ ਸੀ। ਜਦੋਂ ਮੈਨੂੰ ਮਨਾਹੀ ਕੀਤੀ ਗਈ ਕਿਸੇ ਚੀਜ਼ ਦੀ ਤੇ ਮੈਨੂੰ ਲੱਗਦਾ ਸੀ ਇਹ ਕੰਮ ਮੈਂ ਕਰਨਾ। ਮੇਰੀ ਸਾਰੀ ਕਵਿਤਾ ਉਸ ਤਰ੍ਹਾਂ ਹੀ ਤੁਰਦੀ ਰਹੀ ਜਿਵੇਂ ਮੇਰੀ ਜ਼ਿੰਦਗੀ ਤੁਰਦੀ ਰਹੀ। ਇਹ ਪੱਕਾ ਨਿਸ਼ਚਾ ਧਾਰ ਲਿਆ ਕਿ ਹੁਣ ਮੈਂ ਘਰ ਨਹੀਂ ਪਰਤਣਾ। ਇਹ ਗੱਡੀ ਔਰ ਗੱਡੀ ਨੂੰ ਆਪ ਡਰਾਈਵ ਕਰਨਾ, ਇਹ ਮੇਰੀ ਮੁਕਤੀ ਦਾ ਇੱਕ ਹੋਰ ਮਾਧਿਅਮ ਹੈ। ਤੇ ਉਦੋਂ ਮੈਂ ਫੈਸਲਾ ਲਿਆ ਕਿ ਮੈਂ ਵਿਆਹ ਨਹੀਂ ਕਰਨਾ। ਉਹਦੇ ਘਰ ਵਾਲੇ ਨੂੰ ਡਰ ਲੱਗਣ ਲੱਗ ਜਾਂਦਾ ਵੀ ਮੇਰੀ ਘਰ ਵਾਲੀ ਨਾ ਵਿਗੜ ਜਾਵੇ ਇਹਦੇ ਨਾਲ, ਤੇ ਉਹਨਾਂ ਦੀ ਬੀਵੀਆਂ ਨੂੰ ਡਰ ਲੱਗਣ ਲੱਗ ਜਾਂਦਾ ਕਿ ਸਾਡਾ ਘਰ ਵਾਲਾ ਨਾ ਉਡਾ ਕੇ ਲੈ ਜਾਵੇ।